Angie, creo. Ok. ¿Dónde? ¿Dónde está Rianta? ਪਤਾ ਨਹੀਂ ਕੀ ਰੱਖਿਆ ਸੀ ਰੱਬ ਨੇ।
De nada, Leyo. ¿Cómo ahora que me metí a leerlo? Cristian, Carolina, Caricatapa, Carolina, más Carolina, de todo. Pero el mar dijo, ya digo, no me. Hoy le iba a un Carolina, me no a la guerra. No hay de curir, no a la este me lo da a sacar de una chay de ahí. No me lo quiero salgar de citar a la cámara ni citar a la cámara. Y ahí me lo can. Usted. Pues no, no. Y no, me entra que jala de nada. Pero me da la que tío ni quiero, entonces no me quiero de chichita y de tío no voy a ir al día, ¿eh? Para ir a como ya lo vi. ¿Está bien? ¿Qué? 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 ¿Por qué? Está rápido de la vida. ¿Hani? Rápido de la ratrona. Ni, me sentí mal que yo. Me lo dejé ahora de la ratrona para la caída. ¿Qué cambió? Ven, que yo no era de así. Vale, ya no era. Espera, déjame un chavo que ahora. Dos minutos de la lágrima, entonces fue nada que hice a ella. ¿Me están ahí cobrando más que el metro? Ni ponga ni un pelín. Sí, tiene una cosa que me llama, que es tibio, la mano se va. Y el nada, güey. Quiero ver un pelín. Eso va a ser la que tiene. Pero. Me han quitado más de eso a la lágrima. Yo con la gata, no con la. Tenía la directa que tenía que andar a pitar un clima de mucho barrio. ¿Te cargando ya ni? Bro, no le había de te cargando. ¿Eh? Pues yo vamos a la ven, ver la velanda. Justo el chamo le ya de donde. Pero me ha podido decir tú, ¿no? Yo me hace ver esta vaca, ¿sabes? Pero me explica que hay que meter de aquí, ¿no? ¿Pasa? Y no vamos a ver que meter algo que hay en él. ¿Qué tú? ਉਦਾਂ ਹੀ ਉਹਦਾ ਕਹਿੰਦੀ ਮੈਂ ਤਾਂ ਤੁਹਾਨੂੰ ਕੋਈ ਮੇਰਾ ਭੁਲੇਖਾ ਪੈ ਗਿਆ ਮੈਂ ਪਤਾ ਨਹੀਂ ਕੀ ਹੈ ਨਾ ਕਿ ਮੈਂ ਤਾਂ ਨਹੀਂ ਆਪ ਲਿਖਿਆ ਜੀ ਕਰਮਾ ਇਹਨੂੰ ਤੁਹਾਨੂੰ ਕੋਈ ਭੁਲੇਖਾ ਪੈ ਗਿਆ ਮੇਰੇ ਬਾਰੇ ਪੈਸਾ ਨਹੀਂ ਗਲਤ ਵੈਸੀ ਮੈਂ ਖਤਮ ਮੇਰਾ ਦਾਦੀ ਭੁਲੇਖੇ ਮੈਂ ਤੁਹਾਨੂੰ ਜਾਣਨ ਦੇ ਚੱਕਰ ਆ ਮੈਂ ਤੁਹਾਨੂੰ ਜਾਣਨਾ ਚਾਹੁੰਦੀ ਮੈਂ ਹੈ ਕੀ ਸ਼ੈ ਹੈ ਕੀ ਕੁਵਰੀ ਮੈਂ ਜਾਣਨ ਤੋਂ ਬਿਨਾਂ ਮੈਂ ਕੁਵਰੀ ਕੋਲ ਸੱਤ ਗਿਆ ਇਮਤਿਹਾਨ ਦਾ ਤੇ ਕੁਵਰੀ ਬਸ ਹਾਂਜੀ ਬਾਰ ਬਾਰ ਰੋਏ ਰੋਏ ਤੇ ਇਮਤਿਹਾਨ ਨਾਲ ਇੱਕ ਵਾਰੀ ਉਹਨੂੰ ਵੱਡਾ ਖਰਾਬ ਇਮਤਿਹਾਨ ਦਾ ਤੋਂ ਯਾਦ ਹੈ ਜਿੰਦਗੀ ਮੌਤ ਆਵੇ ਬਸ ਪਰਖਣਾ ਚਾਹੀਦਾ ਬੰਦੇ ਨੂੰ ਥੋੜਾ ਥੋੜਾ ਕਰਕੇ ਪਰਖਣਾ ਚਾਹੀਦਾ ਇਨਸਾਨ ਨੂੰ ਪਰਖਦੇ ਰਹਿਣਾ ਚਾਹੀਦਾ ਨਹੀਂ ਤਾਂ ਫਿਰ ਜਿੱਥੇ ਹੋ ਗਈ ਘੋੜੀ ਦੀਆਂ ਗੱਲਾਂ ਮੈਂ ਲੈ ਛੱਡਦਾ ਫਿਰ ਆਪਣੀ ਮਰਜ਼ੀ ਨਾਲ ਜਾਂਦਾ ਨਾ ਰੱਬ ਵੀ ਜਲਾਲ ਕਰਕੇ ਯਕੀਨ ਦੱਸਦਾ ਚੱਕ ਹੌਲੀ 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 ਕਰਕੇ ਵੀ ਤਾਂ ਮਰਦਾ ਹੀ ਹੋਊਗਾ ਜਲਾਲ ਕਰਦਾ ਪੂਰੀ ਮੁਕਤੀ ਦੇ ਕੇ ਹਟਦੇ ਨਹੀਂ ਤੇਰਾ ਬੱਕਲ ਮੈਂ ਬੜੇ ਸੱਚ ਕਰਕੇ ਤੇ ਮੈਂ ਹਜ਼ਾਰ ਰੋਏ ਮੰਜੂਰ ਹੈ ਪਰ ਇਹ ਨਹੀਂ ਪਤਾ ਰੱਬ ਕਲ ਮੈਂ ਪੜਦਾ ਕਿ ਨਹੀਂ ਪੜਦਾ ਜਿਹੜਾ ਹਲਾਲ ਕਰਦਾ ਉਹ ਕਲ ਮੈਂ ਵੀ ਪੜਦਾ ਹੈ ਸੱਚੇ ਤਾਂ ਹੋਰ ਆਹੋ ਜਿਹਨੇ ਹੁਣ ਹਲਾਲ ਕਰਨਾ ਉਹ ਕਲ ਮੈਂ ਪੜੂਗਾ ਹੀ ਹਲਾਲ ਕਰਨ ਦਾ ਮਤਲਬ ਹੀ ਕਲ ਮੈਂ ਪੜਨਾ ਮੇਰੇ ਹੱਥ ਚ ਪੈਣ ਦੇ
ਜਦੋਂ ਫਿਰ ਆਪ ਇੰਨੀ ਗੱਲ ਕਰਨਾ ਫਿਰ ਖੁਸ਼ੀਆਂ ਚੁੱਕੀਆਂ ਨੇ ਤੁਸੀਂ ਤਾਂ ਕੌਮ ਨੂੰ ਕਿਨਾਰੇ ਲਾਓ ਚੰਗੇ ਰਾਹ ਪੈ ਉਹ ਪੈ ਮੈਂ ਤੁਸੀਂ ਚੰਗੇ ਰਾਹ ਪਏ ਹੋ ਆ ਪੈ ਰਹੋ ਕੌਮ ਨੂੰ ਕਿਸੇ ਕਿਨਾਰੇ ਲਾਓ ਬਿਲਕੁਲ ਮੈਂ ਜਿੱਥੇ ਤੁਹਾਨੂੰ ਮੇਰਾ ਹੱਥ ਚਾਹੀਦਾ ਹੋਊ ਇਸ ਗੱਲ ਵਿੱਚ ਮੈਂ ਸੱਤ ਸਮਾਨ ਪਾੜ ਕੇ ਲਾਉਣਾ ਹੋਵੇ ਮੈਨੂੰ ਧਰਮ ਦਾ ਕੰਮ ਜਿਹੜਾ ਕਰਨਾ ਚਾਹੀਦਾ ਜਿਹੜਾ ਕਰ ਸਕਦਾ ਉਹਨੂੰ ਕਰਨਾ ਚਾਹੀਦਾ ਮੈਂ ਦਰਅਸਲ ਮੈਂ ਕਈ ਹੋਰ ਵੀ ਧਰਮ ਪੜ੍ਹੇ ਮੈਂ ਆਪਣੇ ਧਰਮ ਅਨੁਸਾਰ ਉਹਨੂੰ ਬੈਟਰ ਸਮਝਦੀ ਹਾਂ ਜਿਹੜਾ ਸਿਰਫ ਇਨਸਾਨੀਅਤ ਸਿਖਾਲਦਾ ਔਰ ਇਹ ਹੁਕਮ ਮੈਂ ਸਾਰੀ ਦੁਨੀਆਂ 'ਚ ਦੇਣ ਨੂੰ ਬਿਲਕੁਲ ਤਿਆਰ ਹਾਂ ਜੋ ਮੈਂ ਕਹਿ ਰਿਹਾ ਸੀ ਕਿ ਮੈਂ ਸੱਤ ਪਰਦੇ ਪਾੜ ਕੇ ਵੀ ਪਾਊਂ ਯਾ ਮੈਂ ਤੁਹਾਨੂੰ ਦੱਸਿਆ ਧਰਮ ਦੀ ਖਾਤਰ ਮੈਂ ਆਉਂ ਜਿਹੜਾ ਕੰਮ ਤੁਸੀਂ ਕਰਦੇ ਹੋ ਉਹਦੇ ਉਹਦੇ ਚੱਕਰ 'ਚ ਮੈਂ ਜ਼ਰੂਰ ਆਊਂ ਹੈਂ ਦੇਖੋ ਮੈਂ ਸਾਰੀ ਦੁਨੀਆਂ ਇੱਕ ਪਾਸੇ ਹੋਈ ਮੈਂ ਸਭ ਕੁਛ ਕਰ ਦੂੰ ਜੋ ਮੈਂ ਸੋਚਦਾ ਤਾਂ ਮੈਂ ਫਿਰ ਤਾਂ ਮੈਂ ਦੁਨੀਆਂ ਵਾਸਤੇ ਲੜ ਪਾਉਂਗਾ ਫਿਰ ਤਾਂ ਮੈਂ ਇਨਸਾਨੀਅਤ ਵਾਸਤੇ ਜਾਨ ਨਹੀਂ ਦੇਣੀ ਦੇਣੀ ਚਾਹੀਦੀ ਜਾਨ ਜੇ ਇਨਸਾਨੀਅਤ ਦਾ ਤਾਂ ਦਰਦ ਰੱਖਦੇ ਫਿਰ ਇਨਸਾਨੀਅਤ ਦੇ ਲਈ ਬਿਨਾਂ ਦੀ ਕੀ ਤਾਂ ਮਰਨਾ ਹੈ ਇਹ ਤਾਂ ਦਿਲ ਦੇ ਇਸਦਾ ਚਾਤੀ ਮਿਲ ਗਿਆ ਨਾ ਕਿਹੜਾ ਇੰਨੀ ਕੁ ਬਸ ਮੋਰ ਸਪੋਰਟ ਕਰੀ ਜਾਵੇ ਕਿ ਵਾਕਈ ਬਹੁਤ ਪਤਾ ਇੰਨਾ ਕੰਮ ਸਾਨੂੰ ਮਰਦੇ ਨੂੰ ਮਰ ਲੈਣਾ ਜੀਂਦੇ ਨੂੰ ਜੀ ਲੈਣਾ ਰਾਮ ਰਾਮ ਮਰ ਗਿਆ ਉਹ ਕੀ ਗੱਲ ਇੱਦਾਂ ਸਾਰੀ ਦੁਨੀਆ ਮਰੀ ਚੱਲ ਜਾਂਦੀ ਜੀ ਜਾਂਦੀ ਰਾਜੇ ਸਨੋਟ ਆ ਗਏ ਸੀ ਸਨੋਟ ਆ ਗਏ ਤੇ ਮੈਂ ਕਿਹਾ ਰਾਜੇ ਚੱਲ ਲੰਮੇ ਪਈ ਆ ਡਰਾਈਵੇ ਵਿੱਚ ਲੰਮੇ ਪੈ ਜਾਂਦੇ ਡਰਾਈਵੇ ਚ ਡਰਾਈਵੇ ਚ ਉੱਤੇ ਥੱਲੇ ਫਲੋਰ ਤੇ ਅੱਖਾਂ ਬੰਦ ਕਰ ਰਿਹਾ ਧਰਤੀ ਤੋਂ ਸੁਣੀਆਂ ਕੀ ਕਹਿੰਦੀ ਤੇ ਪੈਰੇ ਉੱਠ ਕੇ ਕਹਿੰਦਾ ਕਹਿੰਦਾ ਮੰਮੀ ਕਹਿੰਦਾ ਹੈ ਨਾ ਤੂੰ ਕੰਮ ਕਰਦੀ ਹੈ ਕਹਿੰਦਾ ਦੁਨੀਆਂ ਕਿਸੇ ਨੇ ਕੀਤਾ ਨੀ ਹੋਣਾ ਮੈਂ ਸੋਚ ਵਾਲੀ ਗੱਲ ਵੀ ਤਾਂ ਲੰਮਾ ਹੀ ਗਿਆ ਡਰਾਈਵੇ ਚ ਸਨੂਰ ਬਿਠਾ ਕੇ ਬਾਅਦ ਚ ਕੰਮ ਉੱਥੇ ਦਿਮਾਗ ਫਟਕਣ ਜ਼ਿਆਦਾ ਚੱਲਦਾ ਮੈਂ ਕਿਹਾ ਮੇਰਾ ਅੱਜ ਮੈਂ ਤੁਹਾਡੇ ਗਾਣੇ ਬੰਦ ਹੋਏ ਵਾ ਗਾਣੇ ਮੈਂ ਅੱਜ ਤੁਹਾਡੇ ਬੰਦ ਹੋਏ ਵਾ ਸੀਡੀਆਂ ਕਿਤੇ ਹੋਰ ਗਈਆਂ ਸੀਡੀਆਂ ਕਿਤੇ ਹੋਰ ਗਈਆਂ ਜਾਂ ਆਪ ਕਿਤੇ ਹੋਰ ਬੈਠੇ ਹੁਣ ਤਾਂ ਸਾਹ ਬੰਦ ਹੋਣ ਨੂੰ ਫਿਰ ਮੈਂ ਗਾਣੇ ਬੰਦ ਕਦੇ ਉਹ ਕਦੀਆ ਮੈਨੂੰ ਨਹੀਂ ਨਹੀਂ ਅਗਲੇ ਜਨਮ ਚ ਰੱਬ ਨੂੰ ਕਹੂੰਗੀ ਨਾ ਜੇ ਪੈਦਾ ਕਰਨਾ ਵੀ ਸਾਨੀ ਵੀ ਮੇਰਾ ਨਾਲ ਬਰਾਬਰ ਪੈਦਾ ਕਰ ਫਿਰ ਮਜਾ ਆਊ ਅਗਲੇ ਜਨਮ ਚ ਮੇਰੀ ਜਗ੍ਹਾ ਇਹਨਾਂ ਦੇ ਫਿਰ ਮੈਂ ਤੈਨੂੰ ਹਾਲ ਪੁੱਛੂੰਗੀ ਹਾਲ ਕੀ ਹੁੰਦਾ ਮੈਂ ਬਿੱਲੀ ਬੜੀ ਰਾਮ ਰਾਮ ਕਰ ਲਾ ਬੜਾ ਹਾਲ ਤੱਕ ਜਾਣਾ ਹੀ ਨਹੀਂ ਰੱਬ ਰੱਬ ਬੜਾ ਕਰਨ ਦੇ ਹਾਂਜੀ ਰੱਬ ਰੱਬ ਤੇ ਮੈਂ ਬੜਾ ਕਰਨਾ ਪਰ ਰੱਬ ਰੱਬ ਕਰਦੇ ਹੋਏ ਰੱਬ ਨੇ ਕੋਈ ਹਾਲ ਕਰੂੰ ਫਿਰ ਤਾਂ ਮਨਜ਼ੂਰ ਹੋਣਾ ਚਾਹੀਦਾ ਪਰ ਮੈਂ ਹੌਸਲਾ ਨਾ ਰੱਖਣਾ ਚਾਹੁੰਦੀ ਹਾਂ ਤੁਸੀਂ ਇੰਡੀਆ ਚ ਹੀ ਆ
ਮਾਂ ਨੇ ਕਿਹਾ ਕਿ ਬਣੇਗੇ ਸਕੂਲਿੰਗ ਕੀਤੀ ਪਹਿਲਾਂ ਸ਼ੁਰੂ ਵਿੱਚ YPS ਤੋਂ ਉਸ ਤੋਂ ਬਾਅਦ ਸ਼ਵਾਲੇ ਪਬਲਿਕ ਸਕੂਲ ਤੋਂ ਫਿਰ ਗੌਰਮੈਂਟ ਕਾਲਜ ਤੋਂ ਫਿਰ ਲਾਰਡ ਗੌਰਮੈਂਟ ਕਾਲਜ ਚੰਡੀਗੜ੍ਹ ਤੋਂ ਲਾਰਡ ਮਾਊਂਟ ਤੋਂ ਲੁਧਿਆਣਾ ਅਲਟਰਨੇਟ ਅਮੈਰੀਕਨ ਕੀਤੀ ਯੂਨੀਵਰਸਿਟੀ ਆਫ ਰਸ਼ੀਆ ਤੋਂ ਉਸ ਤੋਂ ਬਾਅਦ ਉੱਥੋਂ ਦਾ ਗੋਲਡ ਮੈਡਲਿਸਟ ਆਫ ਤੋਂ ਬਣਿਆ ਗੋਲਡ ਮੈਡਲਿਸਟ ਕੀ ਹੈ ਫਿਰ ਗੋਲਡ ਮੈਡਲਿਸਟ ਮੈਂ ਬੱਚੇ ਹਰਬਲ ਮੈਡੀਸਨ ਦਾ ਡਾਕਟਰ ਬਣਿਆ ਠੀਕ ਹੈ ਛਟਕਾ ਨੂੰ ਮਾਰਨਾ ਜੀ ਲੈਣ ਦਿੰਦੇ ਕਲਮਾਂ ਵੀ ਪੜਦਾ ਫਿਰ ਹੱਥ ਵੀ ਪੈਂਦਾ ਰੱਖ ਲੈਂਦਾ ਦਿਲ ਦਿਲ ਦੀ ਮੌਤ ਮਾਰਦਾ ਇੱਕ ਦੁਨੀਆਂ ਜਿੰਦੀ ਆ ਮੈਂ ਕਹਿੰਦਾ ਫਿਰ ਮੈਂ ਆਪਣੇ ਰੱਬ ਤੋਂ ਲੜਾਈ ਇਕੱਠੇ ਕੰਮ ਕਰਦੇ ਇੱਦਾਂ ਰਹਿਣਾ ਦੁਨੀਆਂ ਯਾਦ ਰੱਖੇ ਸੋਚ ਲਿਆ ਹਾਂਜੀ ਸੋਚ ਲਿਆ ਸੋਚ ਲਿਆ ਕੀ ਸੋਚ ਲਿਆ ਕੋਈ ਕੰਮ ਇੱਦਾਂ ਦਾ ਕਰਾਉਣਾ ਨੀ ਦੁਨੀਆਂ ਯਾਦ ਰੱਖੇ ਗਲਤੀਆਂ ਮੈਂ ਕੱਢੂੰਗੀ ਮੈਂ ਕਿਤਾਬ ਮੈਂ ਲਿਖੂੰਗੀ ਗਲਤੀਆਂ ਤੁਸੀਂ ਕੱਢੋ ਫਿਰ ਬਹਿਸ ਕਰਾਂਗੇ ਮੈਂ ਇੱਕ ਜਣਾ ਲਿਖੂ ਤੇ ਜਣਾ ਗਲਤੀਆਂ ਕੱਢੂਗਾ ਖਰਚ ਮੈਂ ਕਰ ਰਹੀ ਹਾਂ ਉਹਦਾ ਤਾਂ ਪਤਾ ਹਰ ਕਰਕੇ ਉਹ ਜਿਹਾ ਕੰਮ ਕਰਨਾ ਚਾਹੁੰਦੀ ਹਾਂ ਉਹਦਾ ਤਾਂ ਮੈਂ ਤਾਂ ਆਪ ਨਾ ਪੁੱਛਣਗੀ ਕਾਹਦੇ ਉਹਦੇ ਕੋਈ ਸਰਚ ਨੀ ਕੀਤੀ ਉਹਦਾ ਇੰਟਰਸਟ ਬਣਾ ਦਿੱਤੇ ਹਲਕੇ ਬੰਦੇ ਨਾਲ ਗੱਲ ਕਰ ਲਈ ਹਲਕਾ ਫੋਨ ਨੀ ਚੁੱਕਣਾ ਜਿਹੜਾ ਭਾਰਾ ਫੋਨ ਉਹ ਦੂਸਰਾ ਫੋਨ ਚੰਗਾ ਬੁਲਾ ਉਹ ਪਤਾ ਨੀ ਉਹਦੀ ਬੈਟਰੀ ਛੇਤੀ ਨਾਲ ਲੱਗ ਗਈ ਉਹਦੀ ਬੈਟਰੀ ਛੇਤੀ ਕਰਾਉਣੀ ਪੈਣੀ ਮਾਨਸਿਕ ਤੌਰ ਤੇ ਪਰੇਸ਼ਾਨ ਜਾਂਦਾ ਹੈ
ਜਿੱਦ ਕੋ ਰੱਖਦਾ ਜੋ ਵੀ ਕੋ ਜਾ ਕੇ ਨਾ ਪਤਾ ਨਹੀਂ ਕਿਹਦੇ ਨਾਲ ਕਿਹੜੀ ਗੱਲ ਕਰਦਾ ਰਹਿੰਦਾ ਸੰਡੇ ਨੂੰ ਤੁਸੀਂ ਕਹਿਣਾ ਸਵੇਰੇ ਸੰਡੇ ਰਾਤੀ ਮੇਰੀ ਫਲਾਈਟ ਹੈ ਸੰਡੇ ਨਾਈਟ ਨੂੰ ਫਲਾਈਟ ਆ ਰਹੀ ਚਲੋ ਏਅਰਪੋਰਟ ਤੇ ਮਿਲ ਕੇ ਆਉਂਗੇ ਕੋਈ ਨੀ ਆ।
ਅਪ੍ਰੈਲ ਦੇ ਲੋਗੜੇ ਨੇ ਮਿਲਣਾ ਬੇਚੈਨ ਜਿਹਾ ਲੋਕਾ ਜਿਹਨਾਂ ਨੂੰ ਰੱਬ ਬੇਚੈਨ ਕਰੇ ਨਾ ਬੇਚੈਨ ਨਹੀਂ ਹੋਣਾ ਜੀ ਖੁਦ ਬੇਚੈਨ ਕਰਕੇ ਫਿਰ ਲੋਕਾਂ ਨੂੰ ਕਹਿੰਦਾ ਤੁਸੀਂ ਬੇਚੈਨ ਲੋਕ ਇਹਨੂੰ ਰੱਬ ਕਹਿੰਦੇ ਨੇ ਬੇਚੈਨੀ ਮੈਂ ਸ਼ਾਂਤ ਕੀ ਕਹਿੰਦੇ ਸ਼ਾਂਤ ਪੂਰਾ ਸ਼ਾਂਤ ਮਨ ਹੋਇਆ ਇੱਥੇ ਹੀ ਜਿਹੜਾ ਗੱਲਾਂ ਕਹਿੰਦੇ ਉਦਣ ਦਾ ਸਿਸਟਮ ਖਰਾਬ ਹੋਇਆ ਮੇਰਾ ਯਾਰ ਮੈਂ ਜੀ ਤੁਹਾਡੇ ਨਾਲ ਗੱਲਾਂ ਕਰ ਰਹੀ ਸਿਸਟਮ ਖਰਾਬ ਹੋਇਆ ਮੇਰਾ ਚਲੇ ਗਏ ਵਾਪਸ ਨੋਰਮਲ ਰਹਿਣਾ ਖਰਾਬ ਹੋ ਗਿਆ ਡਿਸਟਰਬੈਂਸ ਹੀ ਆ ਕਿਸਮ ਸਿਸਟਮ ਡਿਸਟਰਬੈਂਸ ਹੀ ਆ ਸੋਰੀ ਫਿਰ ਮੈਂ ਗੱਲ ਕਿਤੋਂ ਕਰ ਲਈ ਆਪੇ ਦੋਸ਼ ਨਾ ਦੇਈ ਕਰਦਾ ਚਮਕਰ ਮੁਗਲ ਚੜਾਇਆ ਕਰਵਾਉਣਾ ਚਾਹੁੰਦਾ ਹੈ ਰੱਬ ਜਦੋਂ ਰੱਬ ਦਾ ਆਪਣਾ ਮੂੰਹ ਵੀ ਖਰਾਬ ਫਿਰ ਦੋਸ਼ ਲੋਕਾਂ ਦੇ ਹੁੰਦਾ ਲੋਕਾਂ ਤਾਂ ਰੋਣਾ ਕਿਵੇਂ ਖਰਾਬ ਹੋ ਚੰਗੀ ਗੱਲ ਨੀ ਸੀ ਨਾ ਬਣਾਉਂਦਾ ਨਾ ਲੋਕਾਂ ਨੂੰ ਬਣਾਉਂਦਾ ਨਾ ਪੰਗੇ ਪੈਣੇ ਸੀ ਪਰ ਕਮ ਸੇ ਕਮ ਆਪਣੇ ਮੂੰਹ ਗੱਲ ਤਾਂ ਨਾ ਖੁਦ ਹੀ ਸੁਣੇ ਬਾਹਰ ਲਿਖਾ ਘੁਮਾ ਵਰਾ ਕੇ ਬੰਦੇ ਨੂੰ ਕਈ ਥਾਂ ਛੱਡਦਾ ਉਹ ਕੁਦਰਤ ਦਾ ਕੀ ਲਿਖਾ ਘੁਮਾ ਵਰਾ ਕੇ ਕਈ ਥਾਂ ਬੰਦੇ ਨੂੰ ਛੱਡਦਾ ਸੀ ਰੱਬ ਗੱਲ ਤੇ ਨਾ ਛੁੱਟ ਕੇ ਕੋਸ਼ ਕਰ ਚੰਗੇ ਭਲੇ ਮੈਂ ਤੁਸੀਂ ਸਿੱਖਾਂ ਦੇ ਲੀਡਰ ਬਣੇ ਵਾ ਵਧੀਆ ਤਰੀਕੇ ਨਾਲ ਬਣੇ ਰਹੋ ਇੱਦਾਂ ਚੱਕਰਾਂ 'ਚ ਕੀ ਲੈਣਾ ਰੱਬ ਵਾਲੇ ਚੱਕਰਾਂ 'ਚ ਕੀ ਲੈਣਾ ਕਮਲਾ ਰੱਬ ਦੀਆਂ ਸੱਚਾਈਆਂ ਤੇ ਚੰਗੀਆਂ ਲੱਗਦੀਆਂ ਮਰਨ ਦਾ ਸ਼ੌਕ ਪੈਦਾ ਹੁੰਦਾ ਨਾ ਲੀਡਰ ਜਾਂਦੇ ਹਾਂ ਹਾਂਜੀ ਜਿਹਨਾਂ ਨੂੰ ਰੱਬ ਦੀ ਰਾਹ ਤੇ ਮਰਨ ਦਾ ਸ਼ੌਕ ਪੈਦਾ ਹੋ ਜਾਂਦਾ ਵਾ ਲੀਡਰੀਆਂ ਵੱਲ ਨਹੀਂ ਆਉਂਦੇ ਉਹ ਕਦੀ ਮੈਂ ਕਿਹਾ ਲੀਡਰੀਆਂ ਵੱਲ ਨਹੀਂ ਆਉਂਦੇ ਇੱਕ ਲੀਡਰ ਬਣ ਠੀਕ ਲੀਡਰ ਬਣਾਇਆ ਹੁਣ ਬੜੇ ਨੂੰ ਜਨਤਾ ਇੰਨੀ ਤੁਹਾਡੇ ਮਗਰ ਪੈ ਗਈ ਹੁਣ ਜਨਤਾ ਬਾਰੇ ਸੋਚੂਗਾ ਤਾਂ ਰੱਬ ਬਿਲਕੁਲ ਮੈਨੂੰ ਕੋਰਾ ਜਵਾਬ ਦੇ ਦਿੰਦਾ ਮੇਰੇ ਅੱਗੇ ਤਰਲੀ ਕੋਈ ਜਵਾਬ ਨਹੀਂ ਸਾ ਮੈਂ ਕਿਹਾ ਜੇ ਰੱਬ ਮੈਨੂੰ ਜਵਾਬ ਦੇ ਦੇਣਾ ਵੀ ਮੇਰੇ ਮਨ ਚ ਦਿਲ ਦੀ ਕੋਈ ਜਗ੍ਹਾ ਨਹੀਂ ਚੱਲ ਮੇਰੇ ਸੁਣਦੇ ਆ ਮੇਰੇ ਦਿਲ ਚ ਤਾਂ ਚਲੇ ਬੜੀ ਇੱਜ਼ਤ ਆ ਮੈਂ ਇੱਜ਼ਤ ਕਰਦੀ ਹਾਂ ਜਦੋਂ ਦੇਖਿਆ ਇੰਨੀ ਦੇਰ ਤੁਸੀਂ ਬੋਲ ਸਕਦੇ ਆ ਇੰਨੀ ਦੇਰ ਤੁਸੀਂ ਲਗਾਤਾਰ ਬੋਲ ਸਕਦੇ ਆ ਬਿਨਾਂ ਸੋਚੇ ਸਮਝੇ ਨਾ ਬਿਨਾਂ ਕੋਈ ਕੀ ਕਹਿੰਦਾ ਹੁੰਦਾ ਗੋਰੇ ਵੀ ਕਰਦੇ ਹੁੰਦੇ ਲੈਕਚਰ ਤਾਂ ਪੜ੍ਹ ਪੜ੍ਹ ਕੇ ਕਰਦੇ ਹੁੰਦੇ ਇੰਨੀ ਸਾਰੀ ਕਾਬਲੀਅਤ ਹੈ ਤੁਹਾਡੇ ਇਹਨੂੰ ਕਿਸੇ ਪਾਸੇ ਬੰਨੇ ਲਾਓ ਨਾ ਇੰਨੇ ਮੈਂ ਕਾਬਲ ਆ ਰਹੀ ਇਹਨੂੰ ਕਿਸੇ ਪਾਸੇ ਲਾ ਲੋਕਾਂ ਨੂੰ ਸੇਧ ਮਿਲੇ ਤੂੰ ਮੈਂ ਖੁਦ ਮੈਂ ਚਾਹੁੰਦੇ ਤੁਸੀਂ ਕਿਹੜੀ ਸੇਧ ਲੈਣਾ ਚਾਹੁੰਦੇ ਤੇ ਇਨਸਾਨ ਨੂੰ ਹੈਲਪ ਚਾਹੀਦੀ ਹੋਵੇ ਉਹ ਵੱਖਰੀ ਗੱਲ ਆ ਮਾਨਸਿਕ ਤੌਰ ਤੇ ਕੋਈ ਹੈਲਪ ਚਾਹੀਦੀ ਹੋਵੇ ਜਾਂ ਦਿਮਾਗੀ ਤੌਰ ਤੇ ਕੋਈ ਹੈਲਪ ਚਾਹੀਦੀ ਹੋਵੇ ਕਿਹੜੇ ਕਿਹੜੀ ਤਰ੍ਹਾਂ ਦੀ ਹੈਲਪ ਚਾਹੁੰਦੇ ਕਿਹੜੇ ਤਰ੍ਹਾਂ ਦੀ ਹੈਲਪ ਚਾਹੁੰਦੇ ਜਿਹੜਾ ਲੋਕਾਂ ਨੇ ਜੋ ਤੁਹਾਡਾ ਪ੍ਰਭਾਵ ਬਣਿਆ ਹੈ ਉਹ ਵਧੇ ਸੋ ਹਰ ਤਰ੍ਹਾਂ ਦੀ ਹੈਲਪ ਚਾਹੁੰਦੇ ਹਰ ਤਰ੍ਹਾਂ ਦੀ ਵਧੀਆ ਜੇ ਪੈਨ ਬਾਏ ਕਰਕੇ ਲਿਆਵਾਂ ਲਿਖ ਥੋੜਾ ਹੋਊਗਾ ਉਹ ਜਰੂਰ ਲਿਆ ਮੇਰਾ ਸ਼ੌਕ ਹੁੰਦਾ ਮੈਨੂੰ ਕੋਈ ਪੈਨ ਦਾ ਅੱਛਾ ਠੀਕ ਆ ਕਿੰਨੇ ਦਿਨ ਮੈਂ ਸੋਚ ਰਹੀ ਤਾਂ ਆਪਦਾ ਪੈਨ ਲੈ ਕੇ ਤਾਂ ਆਪਦਾ ਪੈਨ ਲੈ ਕੇ ਆਊਂਗੀ ਤਾਂ ਮੇਰੀ ਲੱਤ ਹੋ ਜਾਏਗੀ ਮੇਰੀ ਜ਼ਿੰਦਗੀ ਤੋਂ ਲੱਤ ਹੋ ਜਾਏਗੀ ਉੱਥੋਂ
ਮੈਨੂੰ ਲਿਖੂੰਗਾ ਨਹੀਂ ਆਪਣੀ ਡਾਇਰੀ ਵਿੱਚ ਲਿਖੂ ਪੈਨ ਤੂੰ ਪੈਨ ਦਾ ਕਿ ਦੇਖਿਆ ਬੜਾ ਵਧੀਆ ਪੈਨ ਪੈਨ ਦਾ ਕਿ ਮੈਂ ਦੇਖਿਆ ਬੜਾ ਵਧੀਆ ਪੈਨ ਲੈ ਆਉਂਗੀ ਉਹ ਅਮਨ ਦੇ ਨੂੰ ਵਾਲਾ ਪੈਨ ਨਹੀਂ ਆ ਅਮਨ ਦੇ ਨੂੰ ਵਾਲਾ ਪੈਨ ਨਹੀਂ ਆ ਲੈ ਕੇ ਆਉਂਗੀ ਉਹੀ ਲੈ ਕੇ ਆਉਂਗੀ ਕੱਲ ਨੂੰ ਲੈ ਕੇ ਆਉਂਗੀ ਆਉਣ ਲੱਗੀ ਰਸਤੇ ਚ ਵਾਹ ਕਰਕੇ ਲਿਆਉਂਗੀ ਗਲਤ ਭਾਵਨਾ ਨਹੀਂ ਹੈ ਮੇਰੇ ਮਨ ਚ ਪਰ ਫਰਕ ਮੈਨੂੰ ਐਂ ਲੱਗਦਾ ਤਾਂ ਹਮੇਸ਼ਾ ਤੁਸੀਂ ਮੇਰੇ ਨੇੜੇ ਰਹੋ ਹਨਾ ਮੈਨੂੰ ਪਤਾ ਮੈਂ ਫੋਨ ਕਰ ਸਕਾਂ ਗੱਲ ਕਰ ਸਕਾਂ ਤੁਹਾਡੀਆਂ ਗੱਲਾਂ ਚ ਮੈਨੂੰ ਕੰਸੈਂਟ੍ਰੇਸ਼ਨ ਮਿਲਦੀ ਬਸ ਪਾਗਲਾਂ ਵਾਲੀਆਂ ਗੱਲਾਂ ਕਰਦੀ ਮੈਂ ਜਿਹਨਾਂ ਦਾ ਨਾ ਸਰਾਇਆ ਨਾ ਜਿਹਨਾਂ ਦਾ ਸ਼ੁਰੂਆਤ ਨਾ ਜਿਹਨਾਂ ਦਾ ਐਂਡ ਆ ਕਰੂੰਗੀ ਐਂਡ ਤੇ ਮੈਂ ਏਦਾਂ ਹੀ ਕਰੂੰਗੀ ਰਸਤਾ ਦਿਖਾਉਂਗੀ ਐਂਡ ਤੇ ਆ ਕੇ ਮੈਂ ਰਸਤਾ ਦਿਖਾਉਂਗੀ ਹਲੇ ਆਪ ਰਸਤਾ ਦੇਖੋ ਐਂਡ ਤੇ ਆ ਕੇ ਮੈਂ ਦਿਖਾ ਦੂੰਗਾ ਨਹੀਂ ਨਹੀਂ ਤੁਹਾਨੂੰ ਰੱਖਣ ਲਈ ਕਿੰਨੀਆਂ ਗੱਲਾਂ ਕਰਦੀ ਮੈਂ ਹਾਂਜੀ ਤੈਨੂੰ ਖੜਕਾਉ ਮੇਰਾ ਹੀ ਮੇਰੇ ਜਿਹੜਾ ਚੰਗੇ ਲੱਤਾਂ ਦਾ ਭਰ ਸੀ ਤੂੰ
ਕਹਿੰਦੇ ਕਿਹਦੇ ਬੋਲਣਾ ਨਹੀਂ ਫੋਰਾ ਦਾ ਕਦੇ ਨਾ ਸੁਣਦੇ ਹਾਂ ਕਦੇ ਨਾ ਗੱਲਾਂ ਸੁਣ ਕੇ ਕਿ ਮੈਂ ਆਪ ਨਹੀਂ ਗੱਲ ਕਰੂੰਗਾ ਮੈਂ ਤੇਰੇ ਕੋਲ ਆ ਕੇ ਮੈਂ ਸੁਣਦੀ ਹਾਂ ਹੈ ਸੁਣਦੀ ਹਾਂ ਦੇ ਕਿਹਦੇ ਨੂੰ ਤੇ ਜਿਹੜਾ ਕੰਦੇ ਆ ਤਾਂ ਇਸ ਨੂੰ
ਕੁਛ ਨਹੀਂ ਆ ਚੱਲ ਤੇਰੇ ਬੰਨੇ ਜਾ ਕੇ ਹਾਂ ਤੇਰੇ ਬੰਨੇ ਜਾ ਕੇ ਆਉਂਗੀ ਠੀਕ ਹੈ ਫਿਰ ਤੂੰ ਇਹਨੂੰ ਤੰਗ ਕਰੀ ਨਾ ਲੱਗਿਆ ਇਹਨੂੰ ਤੰਗ ਕਰਨਾ ਹੀ ਹੈ ਇੱਥੇ ਪੰਜਾਬ ਲਈ ਸਾਰੀ ਕਿਤੇ ਇਹਨੂੰ ਤੰਗ ਕਰਨਾ ਹੀ ਹੈ ਮੇਰੀ ਆਵਾਜ਼ ਨਹੀਂ ਆ ਰਹੀ ਕਿਉਂ
ਕਰਨੀ ਹੈ ਨਹੀਂ ਖਿੱਚਣਾ ਬਸ ਨਹੀਂ ਨਹੀਂ ਖਿੱਚਣਾ ਜਿੰਨੀ ਆਵਾਜ਼ ਖਿੱਚਣੀ ਫੋਟੋ ਹੀ ਆ ਮੈਂ ਤਾਂ ਨਹੀਂ ਨਹੀਂ ਮੈਂ ਦੱਸੋ ਕਦੀ ਮੈਂ ਪੈਂਸਲ ਦੀ ਲਾਜ ਵੀ ਪੰਜਾਬ ਦੇ ਪੰਨਿਆਂ ਤੇ ਤੁਰਨਾ ਚਾਹੁੰਦੀਆਂ ਨੇ ਪੈਂਸਲ ਹੀ ਕੋਈ ਵਾਈਟ ਹੈ ਨਹੀਂ ਦੇ ਮੇਰਾ ਨਾਂ ਲਾਈ ਜਾਂਦਾ ਜਿਹੜੀ ਅਸਲੀ ਪੈਂਸਲ ਹੀ ਲਾ ਉਹ ਪਾਈ ਨਹੀਂ ਹੁੰਦੀ ਮੇਰੇ ਅੱਗੇ ਤਾਂ ਨਹੀਂ ਪਾਉਂਦੀ
ਇਦਾਂ ਦੀ ਸਵਾਹ ਬਣਾ ਕੇ ਭੇਜੂ ਜਿਹੜਾ ਤੈਨੂੰ ਕੋਈ ਜਾਲੇ ਵੀ ਨਾ ਨਹੀਂ ਨਾ ਤੂੰ ਜਲੇ ਨਾ ਮਰੇ ਨਾ ਤੈਨੂੰ ਨਾ ਤੈਨੂੰ ਜਲਦਾ ਫਿਰ ਨਾ ਤੈਨੂੰ ਮਰਨ ਲੱਗ ਚਲੋ ਮੈਂ ਦੁਸ਼ਮਣੀ ਕਰੂ ਨਾ ਤੂੰ ਮੇਰੀ ਹਮਦਰਦੀ ਹੋਊਗੀ ਮੈਂ ਵੀ ਕਿਤੇ ਗਲਤ ਹਾਂ ਪਰ
ਮੈਂ ਜੋ ਕੁਝ ਕਰ ਰਿਹਾ ਸੀ ਮੇਰੀ ਜਥੇਬੰਦੀ ਨੂੰ ਮੇਰੀ ਸੰਸਥਾ ਨੂੰ ਸਾਰਾ ਪਤਾ ਸੀਗਾ ਕਿਉਂਕਿ ਜੋ ਕੁਝ ਮੈਨੂੰ ਮੇਰੇ ਕੋਲ ਕਿਤੋਂ ਆਣੇ ਕੋਈ ਲੋੜ ਨਹੀਂ ਹੈ ਮੈਨੂੰ ਇੰਨੀਆਂ ਗੱਪਾਂ ਸੁਣਨ ਦੀ ਲੋੜ ਵੀ ਨਹੀਂ ਹੈ ਮੇਰੀ ਸੰਸਥਾ ਨੂੰ ਸਾਰਾ ਪਤਾ ਸੀ ਮੇਰੀ ਰੋਈ ਦੀ ਰਿਪੋਰਟ ਦੱਸਣ ਦਾ ਤਾਂ ਮੈਨੂੰ ਉਹਦੀ ਪਰਵਾਹ ਵੀ ਕੋਈ ਨਹੀਂ ਹੈ ਮੈਨੂੰ ਕਿਸੇ ਨੂੰ ਲੋੜ ਨਹੀਂ ਦੀ ਮੈਂ ਤੁਹਾਨੂੰ ਪਰਵਾਹ ਦੀ ਗੱਲ ਨਹੀਂ ਕਰਦਾ ਪਲੀਜ਼ ਮੈਂ ਤੇਰੇ ਨਾਲ ਪਰਵਾਹ ਦੀ ਗੱਲ ਨਹੀਂ ਕਰਦਾ ਮੈਂ ਤੈਨੂੰ ਬਾਰ ਬਾਰ ਕਹਿ ਰਿਹਾ ਵੀ ਮੈਂ ਤੇਰਾ ਸਤਿਕਾਰ ਕਰਦਾ ਮੈਂ ਤੈਨੂੰ ਸਾਲ ਵੀ ਕਰੂੰਗਾ ਮੇਰੇ ਮਨ ਤੇਰੇ ਪ੍ਰਤੀ ਕੋਈ ਇਹੋ ਜਿਹੀ ਗੱਲ ਨਹੀਂ ਹੈ ਤੇ ਮੈਂ ਕਹਿ ਰਿਹਾ ਪਲੀਜ਼ ਤੂੰ ਬਹੁਤ ਕੁਛ ਕਰ ਸਕਦੀ ਹੈ ਮੇਰੇ ਕੋਲ ਰਿਕੁਐਸਟ ਆ ਤੈਨੂੰ ਮੈਂ ਵੱਡੇ ਜਾਣ ਕੇ ਕਹਿ ਰਿਹਾ ਮੇਰੇ ਮਨ ਚ ਕੋਈ ਇਵੇਂ ਦੀ ਗੱਲ ਨਹੀਂ ਹੈ ਮੈਂ ਤੈਨੂੰ ਵੱਡੀ ਜਾਣ ਕੇ ਕਹਿ ਰਿਹਾ ਵੀ ਤੂੰ ਦੇਖ ਸਕਦੀ ਹੈ ਵਧੀਆ ਤੂੰ ਫੀਲਡ ਚ ਵਧੀਆ ਕੰਮ ਕਰ ਸਕਦੀ ਹੈ ਤੇ ਪਲੀਜ਼ ਆਪਣੀ ਜ਼ਿੰਦਗੀ ਨੂੰ ਉਸ ਪਾਸੇ ਲਾ ਸੀ ਤੇਰੇ ਵਿਚਾਰ ਧਾਰਮਿਕ ਨੇ ਮੈਨੂੰ ਪਤਾ ਲੋਕੀ ਤੇਰੇ ਪਰ ਆਵੇ ਤਾਂ ਸਮਝਣਗੇ ਵੀ ਸ਼ਾਇਦ ਕੋਈ ਧਾਰਮਿਕ ਨਹੀਂ ਪਰ ਤੇਰੇ ਵਿਚਾਰ ਧਾਰਮਿਕ ਨੇ ਤੈਨੂੰ ਗੁਰਮਤ ਦਾ ਪਤਾ ਤੈਨੂੰ ਹਰ ਸਿੱਖ ਸਿਧਾਂਤ ਦਾ ਪਤਾ ਉਹੀ ਤਾਂ ਬੋਲਦੀਆਂ ਮੈਂ ਇਹ ਕੁਛ ਕਿਤਾਬਾਂ ਜਾਂ ਉਹਨਾਂ ਚ ਸੱਚਾਈ ਕਿੰਨੀ ਕਹਿੰਦਾ ਤਸਵੀਰ ਕਿਤਾਬਾਂ ਚ ਸੱਚਾਈ ਨਹੀਂ ਹੋ ਸਕਦੀ ਹੋ ਸਕਦਾ ਮੇਰੇ ਚ ਸੱਚਾਈ ਨਾ ਹੋਵੇ ਇਨਸਾਨ ਚ ਸੱਚਾਈ ਨਾ ਹੋਵੇ ਪਰ ਰੱਬ ਚ ਤਾਂ ਸੱਚਾਈ ਹੈ ਨਾ ਉਹ ਤਾਂ ਹੁੰਦੀ ਹਾਂ ਇਨਸਾਨੀਅਤ ਤੇ ਸੱਚਾਈ ਹੈ ਨਾ ਅਸੀਂ ਇਨਸਾਨੀਅਤ ਲਈ ਕਰਨਾ ਸੀ ਕਿਸ ਲਈ ਤੇ ਕਰਨਾ ਨਹੀਂ ਮੈਂ ਤੇਰੇ ਲਈ ਕੁਛ ਨਹੀਂ ਕਰਨਾ ਤੂੰ ਮੇਰੇ ਲਈ ਕੁਛ ਨਹੀਂ ਕਰਨਾ ਪਰ ਬਹੁਤ ਲੋਕ ਜਿਹੜੇ ਪਿਸ ਰਹੇ ਨੇ ਜਿਨ੍ਹਾਂ ਦੇ ਅਧਿਕਾਰਾਂ ਦਾ ਘਾਣ ਹੋ ਰਿਹਾ ਜਿਨ੍ਹਾਂ ਦਾ ਬਹੁਤ ਕੁਛ ਹੋ ਰਿਹਾ ਉਹਨਾਂ ਦੀ ਲੜਾਈ ਤਾਂ ਲੜ ਸਕਦੇ ਨੇ ਤੂੰ ਇਹ ਸੋਚ ਸੁਪਰੀਮ ਮਾੜਾ ਹੋ ਸਕਦਾ ਤਸਵੀਰ ਮਾੜੀ ਹੋ ਸਕਦੀ ਹੋਰ ਦੁਨੀਆ ਮਾੜੀ ਹੋ ਸਕਦੀ ਹੈ ਰੱਬ ਦੇ ਬਣਾਏ ਹੋਏ ਗਰੀਬ ਇਨਸਾਨ ਤਾਂ ਮਾੜੇ ਨੇ ਮੈਂ ਕਦੇ ਸਮਝਿਆ ਨਹੀਂ ਹੈ ਮੈਂ ਕਦੇ ਸਮਝਿਆ ਨਹੀਂ ਉਹ ਮੈਂ ਕਹਿੰਦਾ ਉਹਨੇ ਕਿਸੇ ਕਾਰਨ ਨੂੰ ਬਣਾਈ ਹੋਵੇ ਜੇ ਰੱਬ ਨੇ ਕੋਈ ਜਿਹੜੀ ਚੀਜ਼ ਬਣਾਈ ਉਹ ਤਾਂ ਉਹਨੇ ਕੋਈ ਕਾਰਨ ਸਮਝਿਆ ਬਣਾਉਂਦਾ ਤਾਂ ਹੀ ਬਣਾਈ ਹੋਵੇ ਹਾਂ ਬਿਲਕੁਲ ਇਹ ਤਾਂ ਹੈ ਜੀ ਚਲੋ ਹੋਰ ਸੁਣਾਓ ਤੁਸੀਂ ਆਪਣੇ ਘਰ ਦੱਸੋ ਠੀਕ ਠਾਕ ਮੇਰੇ ਘਰ ਸਭ ਠੀਕ ਠਾਕ ਹੈ ਰਾਜਵੀਰ ਸਭ ਠੀਕ ਠਾਕ ਹੈ ਮੇਰੀ ਕੱਲ੍ਹ ਵੇਰ ਹੋ ਗਈ ਮੈਂ ਤਾਂ ਤੁਹਾਨੂੰ ਫੋਨ ਕੀਤਾ ਸੀਗਾ ਇੱਕ ਦਿਨ ਦੇ ਰਮਾਨ ਤੇਰਾ ਮੈਨੂੰ ਭੇਜਿਆ ਪਰ ਠੀਕ ਹੀ ਰਿਹਾ ਵਿਚਾਰ ਰਿਹਾ ਵਧੀਆ ਰਮਾਨ ਕੀ ਗੱਲ ਕੀ ਹੋਈ ਬੱਚੇ 120 ਵੀ ਸੀ ਨਾ ਤੁਹਾਨੂੰ ਦੱਸਿਆ ਸੀਗਾ ਮੈਂ ਉੱਥੇ ਕੌਨਸਪਿਰੇਸੀ ਕੇਸ ਦੀ ਲੱਗੀ ਹੋਈ ਸੀ ਕਿ ਇਹ ਜਿਹੜੇ ਲੈਕਚਰ ਨੇ ਉਹ ਦੇਸ਼ ਨੂੰ ਤੋੜਨ ਦੀ ਸਾਜਿਸ਼ ਨੇ ਜੀ ਉਹ ਇਹੋ ਜਿਹੇ ਕਈ ਹੋਰ ਸੁਣਾ ਤੁਹਾਡਾ ਕੀ ਆਸ ਅੱਛਾ ਮੈਂ ਤੁਹਾਨੂੰ ਉਹ ਮਜ਼ਾਕ ਨਹੀਂ ਸੀ ਕੀਤਾ ਮੈਂ ਪਰਮ ਦੇ ਬਾਰੇ ਕਿਹਾ ਸੀਗਾ ਇੱਥੇ ਤੇ ਕਿਤਨਾ ਉਹ ਮੈਂ ਭੁੱਜਾ ਭੇਜਾਂ ਫੋਟੋ ਮੈਂ ਰਹਿਣ ਦਾ ਉਹ ਲੜਕੇ ਦੀ ਹਾਂ ਪਲੀਜ਼ ਵੇਖ ਲਾ ਫੈਮਿਲੀ ਬਹੁਤ ਚੰਗੀ ਹੈ ਜੇ ਹੋ ਸਕੇ ਨਾ ਕੋਈ ਸੰਤ ਨਾ ਬਣਾ ਲੈ ਮਜ਼ਾਕ ਨੀ ਕਰ ਰਿਹਾ ਛੱਡਤੀ ਉਹ ਜੁਆਇਨ ਕੀਤੀ ਵੱਧ ਤੋਂ ਵੱਧ ਮੰਗਿਆ ਜਾਣਾ ਜਰੂਰ ਤਾਂ ਵੱਧ ਤੋਂ ਵੱਧ ਮੰਗਿਆ ਜਾਣਾ
ਨਹੀਂ ਨਹੀਂ ਮੈਂ ਤਾਂ ਸਾਡਾ ਸੁਣਾ ਕੀਤਾ ਮੈਂ ਤਾਂ ਕੋਈ ਮਾੜੀ ਗੱਲ ਤਾਂ ਨਹੀਂ ਕੀਤੀ ਤੁਹਾਨੂੰ ਵੀ ਨਹੀਂ ਮੈਂ ਉਹ ਕਰ ਰਿਹਾ ਹਾਂ ਸਾਰਾ ਵਾਰ ਸੱਚੀ ਮੱਚੀ ਦਾ ਹੈ ਨਹੀਂ ਤਵੀਰ ਵੇ ਮੈਂ ਤਾਂ ਤੈਨੂੰ ਕੋਈ ਮਾੜਾ ਨਹੀਂ ਕਿਹਾ ਮੈਂ ਜਿਹੜੇ ਚ ਤੂੰ ਕਹਿੰਦੀ ਤਾਂ ਮੈਂ ਤੈਨੂੰ ਹੁਣ ਕਹਿੰਦੀ ਤੂੰ ਨਹੀਂ ਤੂੰ ਜਿਹੜਾ ਮੈਨੂੰ ਮਾੜਾ ਕਿੱਥੇ ਕਹਿ ਸਕਦਾ ਜਦੋਂ ਮੇਰੇ ਨਾਲ ਕੀ ਮਾੜਾ ਕਰ ਸਕਦਾ ਹੁਣ ਤੂੰ ਤੇ ਚਲਾ ਗਿਆ ਤੇ 8-10 ਜਿਹੜੀਆਂ ਹੇਲੀਆਂ ਉਹ ਤੈਨੂੰ ਪਤਾ ਉਹ ਕੋਈ ਨਾ ਕੋਈ ਤਾਂ ਕਹਿਣਗੇ ਜਦੋਂ ਪੰਗਾ ਲਿਆ ਆਹੋ ਜਿੰਨੀਆਂ ਵੀ ਬਣਾ ਗਈਆਂ ਜੋ ਮਰਜ਼ੀ ਤੁਸੀਂ ਕਰੋ ਮੇਰੇ ਮੈਂ ਵੇਖ ਮੇਰੀ ਗੱਲ ਵੈਸੇ ਮੇਰਾ ਕੋਈ ਮਿਸ਼ਨ ਸੀ ਉਹ ਪੂਰਾ ਹੋਇਆ ਮੈਨੂੰ ਤੇ ਮੇਰੀ ਬਿਲਕੁਲ ਨਹੀਂ ਤੇਰੀ ਜਿੰਨਾ ਗੱਪੀ ਬੰਦਾ ਮੈਂ ਦੇਖਿਆ ਕੋਈ ਨਹੀਂ ਸਾਡਾ ਪੂਰਾ ਇੰਟੈਲੀਜੈਂਟ ਵਿੰਗ ਹੈ ਜਾਣ ਦੀਆਂ ਕਿਹੜਾ ਵਿੰਗ ਹੈ ਲੂਲੂ ਦਾ ਵਾਗ ਮਾ ਤੇਰੇ ਲੂਲੂ ਤੋਂ ਕੇ ਮੈਂ ਸਹੀ ਸਾਰੇ ਸਮਝਦੇ ਨੇ ਕਿਉਂਕਿ ਅਸੀਂ ਜਿੰਨਾ 10 ਸਾਲ ਫੀਲਡ ਚ ਵਰਕ ਕੀਤਾ ਇਸ ਤਰ੍ਹਾਂ ਕੀਤਾ ਅਸੀਂ ਬੱਚੇ ਬਾਕੀ ਫਿਰ ਚੱਲ ਤੂੰ ਇਹ ਗੱਲਾਂ ਛੱਡ ਕਿਉਂਕਿ ਧੰਨਵਾਦ ਜਾਣਕਾਰੀ ਦਾ ਧੰਨਵਾਦ ਤੇ ਠੀਕ ਹੈ ਜੀ ਹਮੇਸ਼ਾ ਵਾਸਤੇ ਤੁਹਾਨੂੰ ਸਤਿ ਸ੍ਰੀ ਸੱਚੀ ਲੱਭ ਪਿਆ ਤੈਨੂੰ ਪਿਆਰ ਕਰਨਾ ਫਿਰ ਲੋਕਾਂ ਵਾਲਾ ਫਿਰ ਤੈਨੂੰ ਪਤਾ ਲੱਗੂ ਤੇਰੀ ਐਸੀ ਤਾਈ ਫੇਰੀ ਆ ਫਿਰ ਕਹਿਣਾ ਨਹੀਂ ਮੈਂ ਜਾਣਦਾ ਹੀ ਨਹੀਂ ਠੀਕ ਆ ਕੋਈ ਸ਼ਬਦ ਸ਼ੁਦ ਕਰਦਾ ਹੁੰਦਾ ਕੋਈ ਸ਼ਬਦ ਸ਼ੁਦ ਪੜਦਾ ਹੁੰਦਾ ਕੁਛ ਦਿਨਾਂ ਦੇ ਛੱਡਦੇ ਆ ਬਾਬੇ ਦੀ ਮੇਹਰ ਓਦਾਂ ਪੁੱਛਦੀ ਆ ਮੈਨੂੰ ਲੱਗਦਾ ਖਾਸ ਬਾਬੇ ਦੀ ਮੇਹਰ ਲੱਗਦੀ ਕਿਉਂ ਬਾਬੇ ਤੋਂ ਮੰਦਰ ਮੁੰਦਰ ਕਰਾਇਆ ਬਚ ਕੇ ਚਲ ਜਾਂਦਾ ਹੈ ਦੱਸ ਦੇ ਕੁਛ ਕਰ ਲਾ ਦੱਸ ਦੇ ਮੈਨੂੰ ਖਰਾਬ ਕਰਕੇ ਨੀ ਚੱਲਾ ਮੈਨੂੰ ਤਾਂ ਨੀ ਖਰਾਬ ਕਰਕੇ ਚੱਲਾ ਮੇਰੇ ਮਗਰ ਲੱਗੀ ਰਵੇ ਮੈਨੂੰ ਖਰਾਬ ਕਰਕੇ ਤਾਂ ਚੱਲਾ ਮੇਰੇ ਮਗਰ ਲੱਗੀ ਰਵੇ ਮੈਂ ਕਿਸੇ ਦੇ ਮਗਰ ਨੀ ਲੱਗਣ ਵਾਲੀ ਓਕੇ ਲਾ ਲਿਆ ਕਿ ਨਹੀਂ ਤੂੰ
ਇਹ ਤਾਂ ਪਤਾ ਲੱਗੂ ਲਾਇਆ ਕਿ ਨਹੀਂ ਅਸਲੀ ਅਸਰ ਦਾ ਪਤਾ ਲੱਗੂ ਬਾਅਦ ਅਸਲੀ ਅਸਰ ਦਾ ਬਾਅਦ ਚ ਪਤਾ ਲੱਗੂ ਜੋ ਤੇਰੀ ਘਰ ਵਾਲੀ ਪਤਾ ਲੱਗੂ ਕੋਈ ਨੀ ਫਿਰ ਕੀ ਆ ਤੈਨੂੰ ਪੁੱਛ ਵੀ ਕਿਹੜੇ ਭਾਵ ਵਿਕਦੀ ਆ ਕੋਈ ਗੱਲ ਤੈਨੂੰ ਛੱਡਣੀ ਫਿਰ ਛੱਡ ਦੋ ਤੇਰਾ ਘਰ ਤੇਰੇ ਲਈ ਮੇਰੇ ਲਈ ਛੱਡੋ ਮੇਰੇ ਲਈ ਘਰ ਵਾਲੀ ਛੱਡ ਦੋ ਮੈਂ ਜਿਹੜੇ ਚਾਰ ਲਾਵਾਂ ਨਹੀਂ ਇਹਨਾਂ ਦਾ ਮਤਲਬ ਜਾਣਦਾ ਹੈਲੋ ਨਹੀਂ ਪੜ੍ਹ ਕੇ ਦੇਖੀ ਦੁਬਾਰਾ ਚੰਗਾ ਅੱਛਾ ਤੂੰ ਪਾਗਲਾਂ ਦੀਆਂ ਗੱਲਾਂ ਨਾ ਕਰਦੇ ਗੱਲ ਸੁਣਾ ਉੱਥੇ ਜਾਣਾ ਤੂੰ ਕਿ ਨਹੀਂ ਰਿਹਾ ਜਿੰਗਿਆਂ ਨੂੰ ਜਾਣਾ ਹੀ ਆ ਮੈਂ ਕਦੋਂ ਤੂੰ ਆ ਮੰਨਣਾ ਮੇਰਾ ਇਸ ਸਾਲ ਦੇ ਵਿੱਚ ਉਦੋਂ ਬਣਨਾ ਹੀ ਆ ਨਹੀਂ ਜਾਣਾ ਬਣਨਾ ਹਾਂ ਪਰ ਪੱਕਾ ਇੱਕ ਤਾਂ ਰਾਜਵੀਰ ਦਾ ਬਹੁਤ ਖਿਆਲ ਰੱਖ ਹਾਂ ਨਹੀਂ ਉਹਦਾ ਤਾਂ ਖਿਆਲ ਰੱਖਦੇ ਉਹਦੇ ਕਰਕੇ ਤਾਂ ਇੱਦਾਂ ਬੈਠੀ ਹਾਂ ਇੱਕ ਮਿੰਟ ਹੋਰ ਰੱਖਿਆ ਜੀ ਧਮਕੀ ਬੜਾ ਉੱਚੀ ਬੋਲਦਾ ਹੈਲੋ ਚਿੱਠੀ ਪਾਉਂਗੀ ਨੀ ਪਾ ਦੂੰਗੀ ਦਿਨ ਮੈਂ ਜਿਦਣ ਪਹੁੰਚਣਾ ਉਦੋਂ ਤੱਕ ਪਹੁੰਚੀ ਚਾਹੀਦੀ ਆ ਠੀਕ ਆ ਅੰਦਰ ਬੈਠਾ ਜਾ ਕੇ ਜਵਾਨੀ ਲੈ ਜਾ ਨਾ ਜਹਾਜ ਦੀ ਵੇਟ ਲਈ ਤੈਨੂੰ ਬੈਠਣਾ ਪੈਣਾ ਅੰਦਰ ਕਿੰਨੇ ਵਜੇ ਦੀ ਐਗਜ਼ੈਕਟ ਫਲਾਈਟ ਕਿੰਨੇ ਵਜੇ ਦੀ ਆ 6:20 ਤੈਨੂੰ 45 ਮਿੰਟ ਪਹਿਲਾਂ ਕੀ ਕਹਿੰਦੇ ਉਹਨਾਂ ਨੇ ਆਵਾਜ਼ ਮਾਰ ਲੈਣੀ ਬੜਾ ਲੇਟ ਹੋਇਆ ਤਾਂ ਕੋਈ ਗੱਲ ਨੀ ਮੈਂ ਆਵਾਜ਼ ਮਾਰ ਲੈਣੀ ਹੈ ਆ ਜਾ ਇੱਧਰ 6:20 ਤੱਕ ਤੂੰ ਅੰਦਰ ਪਹੁੰਚ ਜਾਣਾ ਠੀਕ ਹੈ ਸਿੰਘ ਆਪਣੇ ਬੁੜੇ ਨੂੰ ਦੱਸਦੀ ਜਾ ਕੇ ਆਪਣੇ ਬੁੜੇ ਨੂੰ ਦੱਸਦੀ ਜਾ ਕੇ ਮੈਂ ਅੱਗ ਲਾ ਕੇ ਆਇਆ ਮੈਂ ਭਾਵੜ ਆਉਣਾ ਇੱਧਰ ਨੂੰ ਆਊਗਾ ਆਹੋ ਤੁਸੀਂ ਭਾਂਬੜ ਆਊਗਾ ਬਚ ਕੇ ਦੇ ਦੇ ਤੇਰਾ ਡੈਡੀ ਕਰਦਾ ਕੀ ਆ ਖਾਲਿਸਤਾਨੀ ਨੇਤਾ ਨੂੰ ਤਾਂ ਨਹੀਂ ਆ ਨਹੀਂ ਨਹੀਂ ਬਿਲਕੁਲ ਇਹਨਾਂ ਗੱਲਾਂ ਤੋਂ ਦੂਰ ਨੇ ਮੈਨੂੰ ਮੇਰੇ ਨਾਲ ਲੜਦੇ ਨੇ ਵੀ ਕਿਹੜੇ ਚੱਕਰਾਂ ਚ ਪਿਆ ਸਿਰਫ ਤੁਹਾਨੂੰ ਪਾਠ ਕਰਨ ਤੋਂ ਬਿਨਾਂ ਜਾਂ ਆਪਣੇ ਫਾਰਮ ਤੇ ਘੁੰਮਣ ਫਿਰਨ ਤੋਂ ਬਿਨਾਂ ਕੋਈ ਮਤਲਬ ਨਹੀਂ ਕਿਸੇ ਗੱਲ ਕੋਈ ਨਹੀਂ ਠੀਕ ਆ ਨਾ ਕੋਈ ਚੰਗੀ ਕਿਸੇ ਦੀ ਨਾ ਮਾੜੀ ਨਾ ਕਰਨ ਨਾ ਕੋਈ ਬਾਤ ਕਰਨ ਚੰਗੀ ਗੱਲ ਆ ਤਾਂ ਹੀ ਤੂੰ ਬਚਿਆ ਕਰਦਾ ਤਾਂ ਹੀ ਤੂੰ ਬਚਿਆ ਕਰਦਾ ਸੋਚਦੀ ਕੋਈ ਗੱਲ ਹੈ ਮੇਰੇ ਇਸੇ ਤਰ੍ਹਾਂ ਦੀ
ਹੈਗੀ ਸੱਚੀ ਹੈਗੀ ਹੈਗੀ ਕਰਕੇ ਤੈਨੂੰ ਕਿਆ ਅਖੀਰ ਤੇ ਹੈਗੀ ਕਰਕੇ ਤੈਨੂੰ ਅਖੀਰ ਤੇ ਕਿਆ ਤੇਰਾ ਬਚਾਉਣ ਵਾਲਾ ਤੇਰੇ ਨਾਲ ਨਾਲ ਫਿਰਦਾ ਇਹਨੂੰ ਕਿਆ ਹੱਸਣਾ ਬੰਦ ਕਰ ਕਾਰ ਲੱਗ ਕੇ ਕਹਿਣ ਦਿਆ ਮਾਰਿਆ ਦੀਨੇ ਕਦੀ ਉਧਰ ਕਦੀ ਉਧਰ ਮੈਂ ਕਰ ਲੈ ਵਾਲੀ ਗੱਲ ਕੱਢਦਾ ਮੇਰੀ ਵਾਲੀ ਗੱਲ ਕੱਢੀ ਸਿੰਘ ਹਾਂ ਚਿੱਠੀ ਨਹੀਂ ਪਾਉਣੀ ਇਹਨੂੰ ਦੱਸਦੇ ਪਾਉਣੀ ਇਹਨੂੰ ਦੱਸਦੇ ਕਿ ਮੇਰੀ ਗੱਲ ਤੇ ਦੱਸਿਆ ਮੈਂ ਕੰਮ ਨਹੀਂ ਕਰਨਾ ਹੁਣ ਇਹਨੂੰ ਕਿਹਾ ਮੈਂ ਇਹ ਕੰਮ ਨਹੀਂ ਹੁਣ ਕਰਨਾ ਇਹ ਦੱਸਿਆ ਕਰਕੇ ਇਹਨੂੰ ਕਿਹਾ ਮੈਂ ਤੈਨੂੰ ਚਿੱਠੀ ਨਹੀਂ ਪਾਉਣੀ ਕਰਕੇ ਇਹ ਤੇਰਾ ਫਰੈਂਡ ਹੱਸਿਆ ਓਕੇ ਮਜ਼ਾਕ ਨਹੀਂ ਹੋਣਾ ਤੇਰਾ ਫਰੈਂਡ ਹੱਸਿਆ ਨਾ ਤੇਰੇ ਕੋਲੇ ਬੈਠਾ ਨਹੀਂ ਇਸ ਗੱਲ ਪਿੱਛੇ ਚਿੱਠੀ ਵਾਲੀ ਗੱਲ ਪਿੱਛੇ ਨਹੀਂ ਨਹੀਂ ਚੱਲ ਤੇਰੀਆਂ ਅੜਾਂ ਘੜੂ ਆ ਗਏ ਤੇਰੀਆਂ ਮੈਂ ਅੜਾਂ ਘੜੂ ਆ ਗਏ ਇਹ ਸੱਪ ਨਿਕਲਿਆ ਵਿੱਚ ਕੁਛ ਨਹੀਂ ਹੁੰਦਾ ਫੜ ਕੇ ਦੇਖਾਂਗੇ ਨਾ ਯਾਰ ਕੱਢ ਕੇ ਦੇਖਾਂਗੇ ਮੈਂ ਉਹਨਾਂ ਦੀ ਫਿਰ ਉਹਨਾਂ ਦੀ ਯਾਰ ਕੱਢਣੀ ਸਿੱਖਾਂਗੇ ਹੋਰ ਕਿਹੜਾ ਸ਼ਬਦ ਕਰਦਾ ਕਿਹੜਾ ਸ਼ਬਦ ਕਰਦਾ ਕਿਸੇ ਤੋਂ ਲਿਆਇਆ ਮੇਰੇ ਨਾਲ ਚਾਰ ਚੋਨੇ ਕੱਢ ਮੇਰੇ ਨਾਲ ਚਾਰ ਚੋਨੀਆਂ ਦੇਵੇ ਤੈਨੂੰ ਚੱਲ ਓਕੇ ਜੇ ਨਾ ਗੱਲ ਹੋਈ ਤਾਂ ਚਲੋ ਚੰਗਾ ਜੀਣਾ ਵਸਦਾ ਹੈ ਚੰਗੇ ਕੰਮ ਕਰੇ ਜਿਹੜੇ ਮਾੜੇ ਆ ਛੱਡਦੇ ਸਾਰੇ ਮਾੜੇ ਕੰਮ ਛੱਡਦੇ ਚੰਗੇ ਚੰਗੇ ਕਰ ਮੈਂ ਤੇਰੇ ਨਾਲ ਹੋਜੂੰਗੀ ਅੰਬਰ ਸਰੀਆ ਜਾ ਜਾ ਅੰਬਰ ਸਰੀਆ ਪਾਗਲਾ ਆਈ ਲਵ ਯੂ ਸਾਰੀ ਦੁਨੀਆਂ ਨੂੰ ਪਿਆਰ ਕਰਦੀ ਮੈਂ ਤੈਨੂੰ ਨਾ ਕਰੂੰ ਠੀਕ ਹੈ ਕਿਸੇ ਨੂੰ ਪਿਆਰ ਕਰੇ ਫਿਰ ਉਹ ਚੰਗਾ ਲੱਗਦਾ ਆਪਣੇ ਆਪ ਨੂੰ ਚੰਗਾ ਲੱਗਦਾ ਤਾਂ ਏਦਾਂ ਕਰਦਾ ਤਾਂ ਹੀ ਫਿਰ ਉਹ ਕਹਿੰਦਾ ਥੋੜ੍ਹਾ ਜਿਹਾ ਦੁੱਖ ਹੋਰ ਮਿਲੇ ਲੋਕ ਫਿਰ ਪਾਗਲ ਸਮਝਣ ਲੱਗ ਪੈਂਦੇ ਮੈਂ ਕੌਣ ਨੀ ਤੈਨੂੰ ਪਿਆਰ ਕਰਾਂ ਮੈਂ ਕੌਣ ਨੀ ਤੈਨੂੰ ਪਿਆਰ ਕਰਾਂ
ਮੈਨੂੰ ਇੰਜ ਲੱਗਦਾ ਪਿਤਾ ਦੀਆਂ ਗੱਲਾਂ ਚ ਮੈਨੂੰ ਹਾਂ ਮੈਂ ਰਿਸਪੈਕਟ ਕਰੀ ਜਾਣਾ ਚਾਹੁੰਦੀ ਤਾਂ ਹੀ ਤੇਰੀ ਗੱਲ ਕਰ ਰਹੀ ਇਹ ਰਿਸਪੈਕਟ ਆਪਣੇ ਤੋਂ ਵੱਡਿਆਂ ਨਹੀਂ ਕਰਦੇ ਨੇ ਮੈਂ ਛੋਟਾ ਰਹਿ ਨਹੀਂ ਨਿੱਕੇ ਵੱਡੇ ਦੀ ਗੱਲ ਨਹੀਂ ਇਨਸਾਨ ਦੀ ਸਮਝਦੀ ਗੱਲ ਹਾਂ ਸਮਝਦੇ ਕਿ ਅਸਰ ਕਿੰਨਾ ਕੁ ਜ਼ਿਆਦਾ ਚੱਲਦਾ ਆ ਉਸ ਹਿਸਾਬ ਨਾਲ ਟਵੀਟ ਕਰਨਾ ਚਾਹੀਦਾ ਉਮਰ ਦੇ ਨਾਲ ਉਮਰ ਨਾਲ ਵੱਡਾ ਜਿਹੜਾ ਵੱਡਾ ਨਹੀਂ ਹੁੰਦਾ ਮੇਰਾ ਫੋਨ ਨਹੀਂ ਚੱਲਦਾ ਪਿਆਰ ਕਰਦੀ ਹਾਂ ਰਿਸਪੈਕਟ ਕਰਦੀ ਹਾਂ ਜੇ ਮੈਂ ਨਫ਼ਰਤ ਕਰਦੀ ਹਾਂ ਫਿਰ ਮੈਂ ਕਰ ਵੀ ਨਹੀਂ ਸਕਦੀ ਤੁਹਾਨੂੰ ਕੁਝ ਬਣਿਆ ਦੇਖਣਾ ਚਾਹੁੰਦੀ ਲੋਕਾਂ ਨੂੰ ਸ਼ੇਅਰ ਦੀ ਲੋੜ ਆ ਪੜ ਗਏ ਹੋ ਸਾਰੇ ਸਾਰੇ ਲੋਕ ਪੜ ਗਏ ਹੋ ਇਹਨਾਂ ਨੂੰ ਸ਼ੇਅਰ ਦੀ ਲੋੜ ਆ ਉਹ ਦਿਓ ਇਹਨਾਂ ਨੂੰ ਤੁਸੀਂ ਮੇਰਾ ਸਾਥ ਹੋ ਸਕਦੇ ਹੋ ਸਭ ਕੁਛ ਕਰ ਦੂੰ ਠੀਕ 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 ਓਕੇ ਗੁੱਡ ਨਾਈਟ ਹੁਣ ਮੈਂ ਜਿਹੜੀ ਗੱਲ ਸੁਣ ਰਹੀ ਮੈਂ ਤੁਹਾਨੂੰ ਕੁਛ ਸੁਣਨਾ ਨਹੀਂ ਚਾਹੁੰਦਾ ਚਲੋ ਠੀਕ ਆ ਚਲੋ ਇੱਦਾਂ ਕਰ ਲੈਂਦੇ ਪਰ ਇਸ ਗੱਲ ਹਮੇਸ਼ਾ ਯਾਦ ਰੱਖਣਾ ਤਾਂ ਠੀਕ ਮੈਨੂੰ ਇਹ ਸਮਝ ਨਹੀਂ ਵੀ ਮੇਰੇ 'ਚ ਤੁਸੀਂ ਕੀ ਦੇਖਦੇ ਤੁਹਾਨੂੰ ਮੇਰੇ 'ਚੋਂ ਕੀ ਦਿਸਦਾ ਪਤਾ ਨਹੀਂ ਕਿਉਂ ਹਰੀਫ ਗੋਬਿੰਦ ਰਾਣਾ ਹੈ ਵਧੀਆ ਬੁੱਲਾ ਇਨਸਾਨ
ਕੀ ਗੱਲ ਹੁੰਦਾ ਸੁੱਤੇ ਰਹਿ ਦਾ ਜਾਗ ਵੀਰੇ ਰਾਜੀ ਨੂੰ ਰੈਡੀ ਕਰਨਾ।
ਫਿਲਹਾਲ ਤਾਂ ਮੈਂ ਬਿਲਕੁਲ ਯਕੀਨ ਨਹੀਂ ਰੱਖਦਾ ਨਾ। ਨਹੀਂ ਰੱਖਣਾ ਵੀ ਨਹੀਂ ਚਾਹੀਦਾ ਵੀ ਕੰਮ ਕੀ ਹੈ ਜਿੱਥੇ ਜਿਹੜੀ ਤੁਹਾਡੀ ਪਰਸਨਲ ਲਾਈਫ ਉਹਦਾ ਤੁਹਾਡੇ ਫਰਜ਼ਾਂ ਤੁਹਾਡੇ ਉਸੂਲਾਂ ਨਾਲ ਕੋਈ ਮਤਲਬ ਨਹੀਂ ਹੋਣਾ ਚਾਹੀਦਾ। ਪਰਸਨਲ ਲਾਈਫ ਸਾਡੀ ਘਰ ਵਿੱਚ ਜੋ ਮਰਜ਼ੀ ਕਰੀ ਆਪ ਤਾਂ ਮੈਂ ਕਦੇ ਤੁਹਾਡੇ ਤੋਂ ਬਿਨਾਂ ਰਹਿਣਾ ਚਾਹੁੰਦੀ ਵੀ ਸੋਚ ਵੀ ਨਹੀਂ ਸਕਦਾ। ਜਿਹੜੀ ਤੁਹਾਡੀ ਵਾਈਫ ਉਹ ਕਿੱਥੇ ਉਹ ਅੱਗੇ ਮੈਂ ਪਤਾ ਕੀ ਰਹਿੰਦੀ ਉਹ ਮਰੂ ਵੀ ਆ ਗਏ ਮੈਨੂੰ ਫੋਨ ਦੇਖਿਆ ਫੋਨ ਦਾ ਬਿੱਲ ਨੀ ਆਉਣਾ ਹੋ ਜਾਣਾ ਬਦਲ ਨਾਲ ਕੋਈ ਲਾਭ ਹੀ ਹੋਊਗਾ ਹਾਨੀ ਨਹੀਂ ਹੁੰਦੀ ਜੋ ਧਰਮ ਲਿਖਿਆ ਉਹ ਜਿਹਨਾਂ ਨੇ ਲਿਖਿਆ ਉਹਨਾਂ ਦੀ ਇੱਜ਼ਤ ਕਰਨੀ ਚਾਹੀਦੀ ਆ ਜੇ ਜੇ ਅਸੀਂ ਉਹਨੂੰ ਉਹਦੀ ਇੱਜ਼ਤ ਕਰਦੇ ਹਾਂ ਫਿਰ ਉਹ 'ਤੇ ਅਮਲ ਕਰਨਾ ਚਾਹੀਦਾ। ਮੇਰੀ ਗੱਲ ਸੁਣੋ ਹਾਂਜੀ ਜਿਹੜਾ ਨਾਮ ਨਹੀਂ ਤੁਹਾਡਾ ਕਿ ਇਹ ਤੋਂ ਵੱਧ ਹੋ ਸਕਦਾ ਜ਼ਿੰਦਗੀ ਜਿਹੜਾ ਮੈਂ ਕਦੇ ਸੋਚਿਆ ਨਹੀਂ ਸੀ ਜਿਸ ਗੱਲ ਤੋਂ ਮੈਂ ਬਿਲਕੁਲ ਨਾਰਾਜ਼ ਸੀ ਕੋਈ ਮੈਨੂੰ ਵੀ ਪਿਆਰ ਕਰੂਗਾ ਕਰਨਾ ਚਾਹੀਦਾ ਜ਼ਰੂਰੀ ਨਹੀਂ ਕੋਈ ਇੱਕੋ ਤਰ੍ਹਾਂ ਦਾ ਪਿਆਰ ਹੋਵੇ ਸਾਰੀ ਦੁਨੀਆਂ ਨੂੰ ਪਿਆਰ ਦੀ ਨਜ਼ਰ ਨਾਲ ਦੇਖਣਾ ਚਾਹੀਦਾ। ਅਭੀ ਇੱਧਰ ਕਰੋ ਪੁੱਤ ਪਤਾ ਲਿਖਣ ਬੈਕਲ ਕਰਤਾ ਓਕੇ ਦੈਨ ਬਾਏ ਕਿੰਨੇ ਵਜੇ ਮਿਲਣਾ ਬਸ
ਸੀਗੇ 28 ਮਿੰਟ ਤੋਂ 2:46 ਮਿੰਟ ਤੱਕ ਰਾਈਟ ਤੇਰੇ ਸੈੱਲ ਦੇ ਉੱਤੇ ਮੇਰੇ 10 ਕਾਲ ਆਏ ਵਾਂਗੇ ਗਫੀਆ ਮੈਂ ਤਾਂ ਫੋਨ ਕਰਕੇ ਕਹਿਣਾ ਹੈ ਕਿ ਤੁਸੀਂ ਪਾਰਟੀ ਕਿ ਨਹੀਂ ਭੇਜੀ ਹੈ ਮੈਂ ਤਾਂ ਬਾਰ ਬਾਰ ਕਰੀ ਜਾਣਾ ਤੁਸੀਂ ਪਾਰਟੀ ਕਿ ਨਹੀਂ ਸੀ ਮੈਂ ਤਾਂ ਕਹਿਣਾ ਮੈਂ ਜਾ ਰਿਹਾ ਹਾਂ ਮੈਨੂੰ ਅੱਜ ਦਾ ਮਜ਼ਾ ਹੈ ਗੱਲ ਮੇਰੇ ਮਨ ਕੋਈ ਆਵਾਜ਼ ਨਹੀਂ ਚਲੋ ਮਜ਼ਾਕ ਕਰਨੀ ਆ ਨਾ ਕੋਈ ਆਵਾਜ਼ ਨਹੀਂ